ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਬਾ ਸਿਟੀ ਗੁਰਦੁਆਰੇ ਦੇ ਵਿੱਚ ਸੰਗਤਾਂ ਦੇ ਬੁਲਾਵੇ ਦੇ ਉੱਤੇ ਮੈਂ ਆਇਆ ਸੀ ਔਰ ਇੱਥੋਂ ਦੇ ਮੋਹਤਬਰ ਸੱਜਣ ਮੈਨੂੰ ਨਾਲ ਆਏ ਸੀਗੇ। ਇੱਥੇ ਕੋਈ 25-30 ਬਦਮਾਸ਼ਾਂ ਨੇ ਮੇਰੇ 'ਤੇ ਹਮਲਾ ਕੀਤਾ ਔਰ ਜਾਨਲੇਵਾ ਹਮਲਾ ਕੀਤਾ। ਤੁਹਾਡੇ ਸਾਹਮਣੇ ਗੁਰੂ ਦੀ ਬਖਸ਼ਿਸ਼ ਹੈ ਕਿ ਮੈਂ ਬਿਲਕੁਲ ਠੀਕ ਠਾਕ ਖੜ੍ਹਾ ਵਾਂ, ਲੇਕਿਨ ਇਹਨਾਂ ਨੇ ਕਸਰ ਕੋਈ ਨਹੀਂ ਛੱਡੀ ਕਿ ਕਿਸੇ ਤਰੀਕੇ ਅੱਜ ਇਹਨਾਂ ਨੇ ਜਿੱਦਾਂ ਮੈਨੂੰ ਕਤਲ ਕਰਨਾ ਹੁੰਦਾ ਹੈ। ਲੇਕਿਨ ਗੁਰੂ ਮਹਾਰਾਜ ਦੀ ਮਿਹਰ ਹੈ ਕਿ ਮੈਂ ਗੁਰੂ ਘਰ ਦੇ ਵਿੱਚੋਂ ਮੱਥਾ ਟੇਕ ਕੇ ਆਇਆ। ਇੱਥੋਂ ਦੀ ਕਮੇਟੀ ਨੇ ਸਨਮਾਨਿਤ ਵੀ ਕੀਤਾ। ਮੈਂ ਇਹਨਾਂ ਨੂੰ ਇਹ ਆਖਣਾ ਚਾਹੁੰਦਾ ਕਿ ਇਹ ਜਿਹੜਾ ਰਾਹ ਫੜਿਆ ਇਹ ਰਾਹ ਠੀਕ ਨਹੀਂ ਗਾ ਔਰ ਇਹੋ ਜਿਹੀ ਗੱਲਾਂ ਤੋਂ ਤੁਸੀਂ ਮੈਨੂੰ ਘਬਰਾ ਨਹੀਂ ਸਕਦੇ, ਤੁਸੀਂ ਮੈਨੂੰ ਦਬਾ ਨਹੀਂ ਸਕਦੇ। ਤੁਸੀਂ ਪਹਿਲੇ ਨਿਊਯਾਰਕ 'ਤੇ ਹਮਲਾ ਕੀਤਾ ਮੇਰੇ 'ਤੇ, ਅੱਜ ਤੁਸੀਂ ਯੂਬਾ ਸਿਟੀ 'ਤੇ ਮੇਰੇ 'ਤੇ ਹਮਲਾ ਕੀਤਾ ਔਰ 25-25-30-30 ਬੰਦੇ ਆ ਕੇ ਤੁਸੀਂ ਹਮਲਾ ਕਰਦੇ ਹੋ ਔਰ ਤੁਸੀਂ ਦੇਖ ਲਓ ਇਸੇ ਜਗ੍ਹਾ 'ਤੇ ਮੈਂ ਖੜ੍ਹਾ ਵਾਂ ਫਿਰ ਉਸੇ ਜਗ੍ਹਾ 'ਤੇ ਜਿੱਥੇ ਤੁਸੀਂ ਮੇਰੇ 'ਤੇ ਹਮਲਾ ਕੀਤਾ। ਗੁਰੂ ਘਰ 'ਚ ਨਤਮਸਤਕ ਹੋ ਕੇ ਆਏ, ਸਾਡਾ ਕੰਮ ਗੁਰੂ ਨਾਨਕ ਦਾ 550 ਸਾਲੇ ਦਾ ਸੁਨੇਹਾ ਅਸੀਂ ਲੈ ਕੇ ਆਏ ਹਾਂ। ਉਹ ਸੁਨੇਹਾ ਜੇ ਤੁਹਾਨੂੰ ਤਕਲੀਫ ਦਿੰਦਾ ਹੈ ਤਾਂ 100 ਵਾਰੀ ਦਿੰਦਾ ਰਹੇ। ਤੁਸੀਂ ਸਿਆਸਤ ਕਰਦੇ ਹੋ, ਤੁਸੀਂ ਗਲਤ ਕੰਮ ਕਰਦੇ ਹੋ। ਮੈਂ ਇਹ ਸਮਝਦਾ ਵਾਂ ਕਿ ਇਹੋ ਜਿਹੇ ਗਿੱਦੜ ਭਵਕੀਆਂ, ਇਹੋ ਜਿਹੇ ਅੱਜ 25-50 ਤੁਸੀਂ ਬਾਉਂਸਰ ਲੈ ਕੇ ਆਏ ਹੋ ਔਰ ਮੇਰੇ 'ਤੇ ਹਮਲਾ ਕਰ ਰਹੇ ਹੋ, ਕੀ ਅਸਰ ਪਿਆ ਮੈਨੂੰ? ਤੁਹਾਡੇ ਸਾਹਮਣੇ ਮੈਂ ਖੜ੍ਹਾ ਹਾਂ ਔਰ ਹੁਣ ਤੁਸੀਂ ਨੱਠ ਗਏ ਹੋ, ਤੁਸੀਂ ਆਪਣੀ ਕਾਰਵਾਈ ਕਰਕੇ ਨੱਠ ਗਏ ਹੋ। ਮੈਂ ਇਹ ਸਮਝਦਾ ਵਾਂ ਕਿ ਇਹ ਗੱਲਾਂ ਚੰਗੀਆਂ ਨਹੀਂ। ਅਸੀਂ ਹਿੰਦੁਸਤਾਨ 'ਚ ਬਹਿ ਕੇ ਕੋਸ਼ਿਸ਼ ਕਰ ਰਹੇ ਹਾਂ ਕਿ ਸਿੱਖ ਪੰਥ ਦੀ ਪੱਗ ਦੁਬਾਰਾ ਸਿਰ 'ਤੇ ਲਿਆਈਏ, ਲੇਕਿਨ ਤੁਸੀਂ ਇੱਥੇ ਸਿੱਖਾਂ ਦੀ ਪੱਗਾਂ ਲਾਉਂਦੇ ਹੋ, ਹੋਰ ਕੁਛ ਨਹੀਂ ਕਰਦੇ। ਤੁਸੀਂ ISI ਤੋਂ ਫੰਡਿੰਗ ਲੈਂਦੇ ਹੋ, ਤੁਸੀਂ ਪਾਕਿਸਤਾਨ ਤੋਂ ਫੰਡਿੰਗ ਲੈਂਦੇ ਹੋ ਔਰ ਤੁਸੀਂ ਇਹ ਸਾਰੇ ਕੰਮ ਕਰਦੇ ਪਏ ਹੋ, ਪਰ ਸਾਡੇ ਇਰਾਦੇ ਡੋਲ ਨਹੀਂ ਸਕਦੇ। ਹਾਂ, ਬੜੇ ਵੀਰ ਨੇ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਨੇ, ਅਸੀਂ ਉਹਨਾਂ ਨੂੰ ਵੀ ਮਿਲਦੇ ਹਾਂ। ਮੈਂ ਕੈਨੇਡਾ ਜਾਣਾ, ਮੈਨੂੰ ਮਿਲਦੇ ਨੇ, ਲੇਕਿਨ ਇਹੋ ਜਿਹਾ ਕੰਮ ਕੋਈ ਨਹੀਂ ਕਰਦਾ। ਜ਼ਰੂਰ ਲੈਣ ਖਾਲਿਸਤਾਨ ਜਿਹਨਾਂ ਨੂੰ ਚਾਹੀਦਾ, ਤੁਸੀਂ ਆਪਣੀ ਜਿੱਦੋ ਜਿਹਾ ਜਾਰੀ ਰੱਖੋ, ਲੇਕਿਨ ਇੱਦਾਂ ਤੁਸੀਂ ਡਰਾ ਕੇ ਧਮਕਾ ਕੇ ਇੱਦਾਂ ਦੇ ਕੰਮ ਕਰਕੇ ਤੁਸੀਂ ਜੇ ਸੋਚਦੇ ਹੋ, ਸਾਡਾ ਕੋਈ ਤੁਹਾਡੇ ਨਾਲ ਰਾਬਤਾ ਨਹੀਂ, ਕੋਈ ਤੁਹਾਡੇ ਨਾਲ ਵਿਵਾਦ ਨਹੀਂ, ਲੇਕਿਨ ਤੁਸੀਂ ਵਿਵਾਦ ਰੋਜ਼ ਨਵਾਂ ਖੜ੍ਹਾ ਕਰ ਰਹੇ ਹੋ। ਇਹ ਵਿਵਾਦ ਤੋਂ ਆਪਾਂ ਭੱਜਣ ਵਾਲੇ ਨਹੀਂ ਹਾਂ। ਕੌਮ ਦੀ ਚੜ੍ਹਦੀ ਕਲਾ ਲਈ, ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਆਵਾਜ਼ ਬੁਲੰਦ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।